तो वहीं संयुक्त किसान मोर्चा के सदस्य और भारतीय किसान यूनियन एकता के सुप्रीमो जोगिंदर सिंह रतिया पहुंचे जहां उन्होंने हरियाणा की 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 कमेटियों बैठक ली और आगामी कार्यक्रमों रूपरेखा तैयार इस दौरान जोगिंदर सिंह उग्राह ने गेहूं की फसल पर पांच सौ रुपए क्विंटल बोनस देने की मांग की साथ ही कहा कि मौसम के कारण किसानों की पैदावार कम हुई है लिहाजा सरकार किसानों को बोनस दे संयुक्त किसान मोर्चा के सदस्य वे भारतीय किसान यूनियन एकता उग्राहा के सुप्रीमो आज रतिया पहुंचे हैं इसको लेकर उनसे बातचीत करते हैं कि हरियाणा और पंजाब में किसानों की जो अधूरी मांगे हैं उनको लेकर क्या कदम उठाए जा रहे हैं उनके द्वारा हां जी उग्राहा जी रतिया पहुंचने पर बहुत-बहुत स्वागत है धन्यवाद जी हां जो हरियाणा पंजाब दे बीच किसानों ने सुखत किसान मोर्चे दिया मंगा अधूरियां नहीं की प्लानिंग है इसको लेकर के आज आज हम रतिया ਤੇ ਆਪਣਾ ਸਿਰਸਾ ਤੇ ਇਹ ਇੱਕ ਫਤਿਹਬਾਦ ਦੇ ਜ਼ਿਲ੍ਹੇ ਦੇ ਜਾਖੜ ਬਲਾਕ ਇਹਨਾਂ ਦੀ ਮੀਟਿੰਗ ਕਰਾ ਰਹੇ ਆ ਕਿ ਵਿਸਾਰ ਹਸਾਰ ਹੈ ਜੀਂਦ ਹੈ ਕਿ ਇਥੇ ਇਹਨਾਂ ਜ਼ਿਲ੍ਹੇ ਦੀ ਮੀਟਿੰਗ ਦੇ ਵਿੱਚ ਅੱਜ ਅਸੀਂ ਸਾਰੇ ਕਾਰਕੁਨ ਨੂੰ ਜਾਇਏ ਹੋਏ ਨੇ ਫਤਿਹਬਾਦ ਦੀ ਵਿਸ਼ੇਸ਼ ਕਰਕੇ ਅੱਜ ਮੀਟਿੰਗ ਕਰਾ ਰਹੇ ਆ ਕਿਉਂਕਿ ਫਤਿਹਬਾਦ ਦੀ ਕਾਰਜਕਾਰੀ ਕਮੇਟੀ ਬਣਾਉਣੀ ਹੈ ਜ਼ਿਲ੍ਹੇ ਦੀ ਅਸੀਂ ਰਤਿਆ ਦੀ ਵੀ ਕਾਰਜਕਾਰੀ ਕਮੇਟੀ ਬਲਾਕ ਦੀ ਅਸੀਂ ਨੇ ਬਣਾਉਣੀ ਹੈ ਉਹਦੇ ਤੇ ਵਿਚਾਰ ਬਦਾਨਦਰਾ ਕਰਕੇ ਜਿਹੜੀਆਂ ਕੋਲ ਰਿਪੋਰਟ ਹੈ ਜਿਹੜੀ ਇਹਨਾਂ ਦੇ ਇਲਾਕੇ ਦੇ ਵਿੱਚ ਜਿਨ੍ਹਾਂ ਨੇ ਸਰਗਰਮੀਆਂ ਕੀਤੀਆਂ ਨੇ ਪਿਛਲੇ ਸਮੇਂ 'ਚ ਉਹਨਾਂ ਦੇ ਵਿੱਚ ਕੀ ਹਾਸਲ ਕੀਤਾ ਕੀ ਰਹਿ ਗਿਆ ਤੇ ਕਿਹੜੇ-ਕਿਹੜੇ ਇਸ਼ੂ ਸੰਘਰਸ਼ ਵਾਲੇ ਆ ਤੇ ਸੰਯੁਕਤ ਮੋਰਚੇ ਦੇ ਵਿੱਚ ਕੀ ਕੁਝ ਸੋਡਾ ਯੋਗਦਾਰ ਰਿਹਾ ਉਹ ਸਾਰੀ ਰਿਪੋਰਟ ਲੈਣੀ ਆ ਜਿੱਥੇ ਉਹ ਗੱਲਬਾਤਾਂ ਕੀਤੀਆਂ ਇੱਕ ਉਗਰਾਹ ਦੀ ਜੋ ਇਸ ਵਾਰ ਗਰਮੀ ਜ਼ਿਆਦਾ ਹੋਣੇ ਸੇ गेहूं ਕੀ ਪੈਦਾਵਾਰ ਜੋ ਹੋਈ ਹੈ ਉਸਮੇ ਝਾਰ ਬਹੁਤ ਘੱਟ ਨਿਕਲਾ ਹੈ ਕਿਸਾਨੋ ਕੀ ਜੋ ਮੰਗ ਹੈ 500 ਰੁਪਏ ਕਵੈਂਟਲ ਆਥਨਿਕ ਬੋਨਸ ਦੀ ਉਸ ਕੋ ਲੈ ਕੇ ਕੇ ਆਪਸੀ ਬਾਤ ਚ ਹੋਈ ਕਿਸੇ ਦੇਖੋ ਪੰਜਾਬ ਦੇ ਵਿੱਚ ਵੀ ਅਸੀਂ ਮੰਗ ਕੀਤੀ ਹੈ ਮੁੱਖ ਮੰਤਰੀ ਤੋਂ ਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੀ ਕਿਹਾ ਸੀ ਕੇਂਦਰ ਸਰਕਾਰ ਨੂੰ ਵੀ ਕਿਹਾ ਸੀ ਦੂਜੀਆਂ ਸਟੇਟਾਂ ਦੇ ਵਿੱਚ ਝਾੜ ਦਾ ਕੀ ਹਾਲ ਹੈ ਸਾਡੇ ਦੋ ਸਟੇਟਾਂ ਦੇ ਵਿੱਚ ਕਣਕ ਦਾ ਝਾੜ ਬਹੁਤ ਘਟਿਆ ਗਰਮੀ ਜ਼ਿਆਦਾ ਪੈਣ ਕਰਕੇ ਇਹਦੇ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਦਾਣਾ ਸੁੱਕੜ ਗਿਆ ਸੁੱਕੜ ਗਿਆ ਜਾਂ ਸੁੱਕ ਗਿਆ ਉਹ ਛੋਟਾ ਦਾਣਾ ਹੁਣ ਕਰਕੇ ਝਾੜ ਘਟਿਆ ਇਹ ਨੁਕਸਾਨ ਕਿਸਾਨਾਂ ਦੇ ਨਹੀਂ ਪਾਇਆ ਕੁਦਰਤੀ ਆਫਤ ਕਰਕੇ ਕੁਦਰਤੀ ਮੌਸਮ ਦੀ ਖਰਾਬੀ ਕਰਕੇ ਇਹ ਸਾਰਾ ਉਹ ਨੁਕਸਾਨ ਕਿਸਾਨਾਂ ਦਾ ਹੋਇਆ ਅਭੀ ਆਪਨੇ ਸੁਨਾ ਕਿ ਜੋਗਿੰਦਰ ਸਿੰਘ ਉਗਰਾਹਾ ਨੇ ਵਿਸਤਾਰ ਪੂਰਵਕ ਜਨਤਾ ਟੀਵੀ 'ਸੇ ਚਰਚਾ ਕੀਤੀ ਅਸ਼ੋਕ ਗਰੋਵਰ ਜਨਤਾ ਟੀਵੀ ਰਤ